ਅੱਜਕੱਲ ਦੇ ਨੌਜਵਾਨਾਂ 'ਚ ਟੈਟੂ ਕਰਵਾਉਣ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਪਰ ਅੱਜ ਅਸੀਂ ਜਿਸ ਨੌਜਵਾਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਉਸ ਕ੍ਰੇਜ਼ ਨੂੰ ਨੈਕਸਟ ਲੈਵਲ ਤੇ ਲੈ ਗਿਆ। ਉਸ ਲੈਵਲ ਤੇ ਜਿਸ ਬਾਰੇ ਨਾ ਤਾਂ ਤੁਸੀਂ ਕਦੇ ਸੁਣਿਆ ਹੋਣਾ ਤੇ ਨਾ ਹੀ ਕਦੇ ਦੇਖਿਆ ਹੋਣਾ। ਅੱਖਾਂ ਪੂਰੀ ਤਰ੍ਹਾਂ ਕਾਲੀਆਂ, ਸਰੀਰ ਦੇ ਹਰ ਹਿੱਸੇ ਤੇ ਟੈਟੂ। ਇਹ ਤਸਵੀਰਾਂ ਨੇ ਦਿੱਲੀ ਦੇ ਕਰਨ ਸਿੱਧੂ ਦੀਆਂ, ਜਿਸ ਦੇ ਸਰੀਰ ਦੇ ਹਰ ਹਿੱਸੇ ਤੇ ਟੈਟੂ ਹੈ। ਜੀ ਹਾਂ, ਹਰ ਹਿੱਸੇ ਤੇ। ਜੇ ਤੁਸੀਂ ਕਦੇ ਟੈਟੂ ਕਰਵਾਇਆ ਹੈ ਤਾਂ ਤੁਹਾਨੂੰ ਪਤਾ ਹੋਣਾ ਕਿ ਇਸ ਦੇ ਨਾਲ ਕਿੰਨਾ ਦਰਦ ਹੁੰਦਾ ਹੈ। ਫਿਰ ਜ਼ਰਾ ਸੋਚ ਕੇ ਵੇਖੋ ਕਿ ਕਰਨ ਨੇ ਆਪਣੇ ਜਨੂਨ ਲਈ ਕਿੰਨਾ ਦਰਦ ਸਹਿਣ ਕੀਤਾ ਹੋਣਾ। ਇਸ ਵੀਡੀਓ 'ਚ ਅਸੀਂ ਤੁਹਾਨੂੰ ਦੁਨੀਆ ਦੇ ਪਹਿਲੇ ਫੁੱਲ ਮੋਡੀਫਾਈਡ ਬਾਡੀ ਬਿਲਡਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੇ ਨਾਮ ਕਈ ਰਿਕਾਰਡ ਵੀ ਕੀਤੇ ਨੇ ਤੇ ਉਸਦਾ ਨਾਮ ਗਿਨੀਜ਼ ਬੁੱਕ ਵਿੱਚ ਵੀ ਦਰਜ ਹੈ। ਟੈਟੂਗ੍ਰਾਫਰ ਕਰਨ ਨੇ ਆਪਣੇ ਸਰੀਰ ਦੇ ਹਰ ਹਿੱਸੇ ਉੱਤੇ ਟੈਟੂ ਬਣਵਾਇਆ ਹੋਇਆ, ਭਾਵੇਂ ਉਹ ਅੱਖ ਹੋਵੇ, ਸਿਰ, ਲੱਤਾਂ ਜਾਂ ਫਿਰ ਗੁਪਤ ਅੰਗ ਵੀ ਕਿਉਂ ਨਾ ਹੋਵੇ। ਇੰਨਾ ਹੀ ਨਹੀਂ, ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਵੀ ਤੁਸੀਂ ਦੰਗ ਰਹਿ ਜਾਓਗੇ। ਕਰਨ ਨੇ ਆਪਣੀ ਜੀਭ ਨੂੰ ਵੀ ਮੋਡੀਫਾਈਡ ਕਰਵਾਇਆ ਹੋਇਆ, ਜਿਸ ਤੋਂ ਬਾਅਦ ਉਹ ਸੱਪ ਦੇ ਜੀਵ ਵਰਗੀ ਹੋ ਗਈ। ਇੱਥੇ ਹੀ ਬਸ ਨਹੀਂ, ਉਸਨੇ ਆਪਣੇ ਦੰਦ ਵੀ ਲੋਹੇ ਦੇ ਲਗਵਾਏ ਹੋਏ ਨੇ। ਕਰਨ ਸਿੱਧੂ, ਜੋ ਕਿ ਦਿੱਲੀ ਦੇ ਪੰਜਾਬੀ ਬਾਗ ਦਾ ਰਹਿਣ ਵਾਲਾ ਹੈ, ਇਸ ਸਮੇਂ 32 ਸਾਲਾਂ ਦਾ ਹੈ। ਉਸਦਾ ਆਪਣਾ ਟੈਟੂ ਪਾਰਲਰ ਹੈ। ਕਰਨ ਸਿੱਧੂ ਨੇ 16 ਸਾਲ ਦੀ ਉਮਰ ਵਿੱਚ ਟੈਟੂ ਬਣਵਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਇਸੇ ਦੌਰਾਨ ਉਸਨੇ ਆਪਣੇ ਸਰੀਰ ਉੱਤੇ ਪਹਿਲਾ ਟੈਟੂ ਬਣਵਾਇਆ ਸੀ। ਹੌਲੀ ਹੌਲੀ ਇਹ ਸ਼ੌਂਕ ਜਨੂਨ 'ਚ ਬਦਲ ਗਿਆ ਤੇ ਕਰਨ ਸਿੱਧੂ ਟੈਟੂਗ੍ਰਾਫਰ ਕਰਨ ਬਣ ਗਿਆ। ਇੰਨਾ ਹੀ ਨਹੀਂ, ਉਸਨੇ ਆਧਾਰ ਕਾਰਡ ਤੇ ਵੀ ਆਪਣਾ ਨਾਮ ਟੈਟੂਗ੍ਰਾਫਰ ਕਰਨ ਹੀ ਲਿਖਵਾਇਆ ਹੋਇਆ। ਉਸਦਾ ਮੰਨਣਾ ਹੈ ਕਿ ਟੈਟੂਗ੍ਰਾਫਰ ਕਰਨ ਵਜੋਂ ਉਸਦਾ ਨਵਾਂ ਜਨਮ ਹੋਇਆ। ਟੈਟੂਗ੍ਰਾਫਰ ਕਰਨ ਨੇ ਆਪਣੀਆਂ ਅੱਖਾਂ ਦੇ ਸਫੇਦ ਹਿੱਸੇ ਯਾਨੀ ਕਿ ਅੱਖਾਂ ਦੇ ਅੰਦਰ ਵੀ ਟੈਟੂ ਬਣਵਾਇਆ ਹੋਇਆ। ਕਰਨ ਦਾ ਦਾਅਵਾ ਹੈ ਕਿ ਉਹ ਭਾਰਤ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਵਿਅਕਤੀ ਹੈ। ਇਹ ਅਨੋਖਾ ਟੈਟੂ ਉਸਨੇ ਨਿਊਯਾਰਕ ਤੋਂ ਬਣਵਾਇਆ। ਇਸ ਦੌਰਾਨ ਉਸਦੇ ਅੰਨੇ ਹੋ ਜਾਣ ਦਾ ਵੀ ਖਤਰਾ ਸੀ, ਫਿਰ ਵੀ ਉਸਨੇ ਆਪਣੇ ਇਸ ਜਨੂਨ ਲਈ ਇਹ ਖਤਰਾ ਮੁੱਲ ਲੈ ਲਿਆ। ਕਰਨ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਪੂਰਾ ਬਾਡੀ ਸੂਟ ਟੈਟੂ ਕਰਵਾਉਣ ਵਾਲਾ ਪਹਿਲਾ ਵਿਅਕਤੀ ਹੈ। ਬਾਡੀ ਸੂਟ ਟੈਟੂ ਦਾ ਮਤਲਬ ਹੈ ਸਿਰ ਤੋਂ ਪੈਰਾਂ ਤੱਕ ਟੈਟੂ। ਕਰਨ ਦਾ ਕਹਿਣਾ ਹੈ ਕਿ ਉਸਨੇ ਆਪਣੇ ਜਨੂਨ, ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਨੂੰ ਇੱਕ ਦੋ ਵਾਰ ਨਹੀਂ ਬਲਕਿ ਕਈ ਵਾਰ ਖਤਰੇ 'ਚ ਪਾਇਆ। ਵਾਕਈ ਕਰਨ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਨਾ ਹੀ ਕੋਈ ਸੀਮਾ ਹੁੰਦੀ ਹੈ। ਬਿਊਰੋ ਰਿਪੋਰਟ, PTC ਨਿਊਜ਼, ਮੋਹਾਲੀ।